Oh my god. ਨਾਲ ਦੇ ਪੜੋਸੀ ਦੇ ਮੁੰਡੇ ਨੇ ਕਿਹਾ ਕਹਿੰਦਾ ਸਾਹਮਣੇ ਚੋਰ, ਮੈਂ ਛੱਪਾ ਮਾਰਿਆ ਸਿੱਧਾ ਹੀ ਸੜਕ ਦੇ ਗੱਬੇ, ਜੇ ਉਨੀ ਦੇਰ ਨੂੰ ਇੱਕ ਮੁੰਡੇ ਨੇ ਫਾਇਰ ਕੀਤਾ ਉੱਪਰ ਨੂੰ ਹਵਾਈ ਫਾਇਰ, ਮੈਂ ਉਹਦੇ ਮਗਰ ਜੱਫਾ ਪਾਉਣ ਲਈ ਨੱਠੇ ਹੀ ਹਾਂ। ਉਹਨੇ ਫਿਰ ਗਲੀ ਦੇ ਵਿੱਚ ਚਲਾ ਗਿਆ, ਮੋਟਰਸਾਈਕਲ 'ਤੇ ਬੈਠਿਆ, ਉਹਨੇ ਦੂਜਾ ਫਾਇਰ ਮੇਰੇ 'ਤੇ ਕੀਤਾ, ਮੇਰਾ ਬਚਾਅ ਹੋ ਗਿਆ, ਮੇਰੇ ਕੁਛ ਨਹੀਂ ਲੱਗੇ। ਅਤੇ ਉਹ ਮੋਟਰਸਾਈਕਲ 'ਤੇ ਤਿੰਨੇ ਜਣੇ ਉਹ ਦਰਜੀ ਦੁਕਾਨ ਕੋਲ ਬੈਠ ਕੇ ਅਤੇ ਨਿਕਲ ਗਏ। ਤਿੰਨ ਜਣੇ ਹਾਂ, ਚਿੱਟੇ ਦੇ ਮਾਲ ਨਾਲ ਮੂੰਹ ਬੰਨੇ ਹੋਏ। ਹਾਂਜੀ, ਨਹੀਂ ਪੈਸੇ ਮੇਰਾ ਖਿਆਲ ਨਹੀਂ ਲੈ ਗਏ, ਮੇਰਾ ਖਿਆਲ ਆ, ਬਾਕੀ ਪੂਰਾ ਪਤਾ ਨਹੀਂ ਹੈਗਾ ਕਿਉਂਕਿ ਉਹਦੇ ਵੀ ਸੱਟਾਂ ਲੱਗੀਆਂ ਹੋਈਆਂ, ਉਹ ਲੈ ਗਏ ਹੁਣ। ਨਹੀਂ ਫਾਇਰ ਕਿਸੇ ਨੇ ਨਹੀਂ ਲੱਗਿਆ ਜੀ, ਹੁਣ ਇੱਕ ਗਲੀ 'ਚ ਫਾਇਰ ਕੀਤਾ, ਇੱਕ ਬਾਹਰ ਨਿਕਲ ਕੇ ਫਾਇਰ ਕੀਤਾ। ਭਾਈ ਸਾਹਿਬ ਤਿੰਨ ਬੰਦੇ ਸਾਡੀ ਸ਼ੋਪ ਦੇ ਅੰਦਰ ਆਏ ਜੀ, ਆਪਣੇ ਉਹਨਾਂ ਦੇ ਆਲਰੇਡੀ ਮੂੰਹ ਸੀ ਲਪੇਟੇ ਹੋਣੇ ਆਪਣੇ, ਹੈਂਜੀ, ਔਰ ਸਿਰ ਦੇ ਉੱਪਰ ਵੀ ਉਹਨਾਂ ਨੇ ਕੈਪ ਘੁਲਤੀ ਸੀ, ਉੱਪਰ ਨਾਲ ਬਣੇ ਪਟਕਾ ਵਗੈਰਾ ਆਪਣੇ। ਅਤੇ ਉਹ ਅੰਦਰ ਆਏ ਦੁਕਾਨ ਦੇ, ਅਤੇ ਮੈਂ ਕਾਊਂਟਰ ਬੈਠੇ, ਚੇਅਰ 'ਤੇ ਬੈਠੇ ਅੰਦਰ ਆਪਣੇ, ਸਾਡਾ ਕਾਊਂਟਰ ਥੋੜ੍ਹਾ ਉੱਥੇ ਬਾਹਰ ਕਾਊਂਟਰ ਆਇਆ, ਕਹਿੰਦੇ ਦਿਓ ਮਾਲ ਦਿਓ। ਮੈਂ ਕਿਹੜਾ ਮਾਲ ਲੈਣਾ, ਦਿਓ ਕਿਹੜਾ ਮਾਲ ਲੈਣਾ ਮੈਂ ਕਿਹਾ, ਅਤੇ ਕਹਿੰਦੇ ਪੈਸਾ ਦਿਓ ਪੈਸਾ ਦਿਓ, ਕਿਸ ਚੀਜ਼ ਪੈਸਾ ਲੈਣਾ, ਮੈਂ ਕਿਹਾ ਇੱਥੇ ਭੈਣ ਜੀ ਕੋਲ ਲੱਗਾ ਲੱਗਿਆ ਦਿੱਲੀ, ਮੈਨੂੰ ਨਹੀਂ ਪਤਾ ਕਿ ਬੰਦੇ ਕੋਲ ਨੀਚੇ ਕੋਈ ਅੰਦਰ ਹੈ ਉਸਲਾ ਉਸਲਾ ਉਹ, ਮਤਲਬ ਕਿ ਮੈਂ ਦੋ ਬੰਦੇ ਧੱਕਾ ਬਣਿਆ ਆਪਣੇ, ਉਹ ਦੋਨਾਂ ਤਿੰਨ ਨੇ ਬਾਹਰ ਕੱਢਦੇ ਆਪਣੇ, ਕੱਢ ਕੇ ਰਿਵਾਲਵਰ ਕੱਟੇ ਹੁੰਦੇ ਜਿਹੜੇ ਦੇਸੀ ਕੱਟੇ, ਲੰਬੇ ਸਾਈਜ਼ ਦੇ ਸੀਗੇ ਆਪਣੇ, ਅਤੇ ਇੱਕ ਨੇ ਚੜਾਈ ਗੋਲੀ ਚਲਾਈ ਤੁਹਾਡੀ ਦੁਕਾਨ ਦੇ ਵਿੱਚ, ਫਿਰ ਧੱਕੇ ਵਾਲੇ ਫਿਰ ਬਾਹਰ ਕੱਢਿਆ ਆਪਣੇ, ਉਹਨੇ ਫਾਇਰ ਕੀਤਾ, ਇੱਕ ਫਾਇਰ ਅੰਦਰ ਕੀਤਾ, ਇੱਕ ਬਾਹਰ ਕੀਤਾ ਰੋਡ 'ਤੇ ਆ ਗਿਆ ਆਪਣੇ। ਮੂੰਹ ਬੰਨੇ ਸੀ ਉਹਨੇ, ਪਰ ਉਮਰ ਇੱਕ ਤਾਂ ਹੋਣਾ 27-28 ਸਾਲ ਦਾ ਹੋਊਗਾ, ਦੋ ਕੋਣੇ 25-25 ਸਾਲ ਦੇ ਆਪਣੇ, ਇੱਕ ਤੇ ਉਹਨਾਂ ਦੇ ਹੱਥਾਂ 'ਚ ਵਿੱਚ ਰਿਵਾਲਵਰ ਅਸਲਾ ਸੀ, ਹਾਂ ਕੋਈ ਹੋਰ ਵੈਪਨ ਵੀ ਸੀਗੇ ਉਹਨਾਂ ਦੇ? ਇਹ ਨਹੀਂ ਪਤਾ, ਕਹਿੰਦੇ ਇੱਕ ਰੋਡ ਕਹਿੰਦੇ ਸੀ, ਉਹਦੇ ਬਾਅਦ ਦੇ ਗਿਰੀ ਪਈ ਸੀ ਰੋਡ ਸਾਡੇ ਦੇ ਆ ਕੇ ਬਾਹਰਲੇ ਪਾਸੇ, ਸਾਡੀ ਦੁਕਾਨ ਦੇ ਬਾਅਦ ਰੋਡ ਗਿਰੀ ਪਈ ਸੀ ਇੱਕ, ਉਹ ਅੰਦਰ ਲੈ ਕੇ ਨਹੀਂ ਬੜੇ ਰੋਡ ਵਗੈਰਾ, ਜਾਂ ਸ਼ਾਇਦ ਰੋਡ ਜਿਹੜਾ ਜੇਬ 'ਚ ਹੋਵੇ ਬਾਹਰ ਨੀਚੇ ਗਿਰ ਗਈ ਹੋਈ ਆ ਬਾਹਰ, ਮੌਕੇ ਤੇ ਤੁਸੀਂ ਸੀਗੇ ਇਕੱਲੇ? ਹਾਂ ਮੈਂ ਇਕੱਲਾ ਸੀਗਾ। ਤੁਹਾਨੂੰ ਕੀ ਲੱਗਦਾ ਹੈਗਾ ਇਹ ਜਿਹੜਾ ਹੈਗਾ ਫੋਨ? ਬਸ ਲੁੱਟਮਾਰੀ ਕਰਨ ਆਇਆ ਸੀ ਭਾਜੀ, ਜੋ ਸਾਡਾ ਮੇਰਾ ਜੋ ਮੁਲਾਜ਼ਮ ਵੀ ਰੱਖਿਆ ਸੀ, ਮੁਲਾਜ਼ਮ ਹੈਗੇ ਆ, ਮੁਲਾਜ਼ਮ ਥੋੜ੍ਹਾ ਜਿਹਾ ਬਾਹਰ ਸੀਗੇ ਇਹਦੇ, ਪੈਸੇ ਕੋਲ ਗਏ ਜੀ? ਨਹੀਂ ਬਚਾਓ ਗਏ, ਬਚਾਓ ਗਏ, ਸਾਡਾ ਸੇਫ ਸੀ, ਲੋਕ ਸਾਡੀ ਸੇਫ ਸੀ, ਉਹ ਹੱਥ ਮਾਰਿਆ ਉਹਦਾ ਸੇਫ ਦੇ ਉੱਪਰ, ਔਰ ਲੇਕ ਸਾਡੀ ਬਹੁਤ ਹੈਵੀ ਸੇਫ ਹੈਗੀ, ਉਹ ਮਿਲ ਸਕਦੀ ਸੀ। ਤੁਹਾਨੂੰ ਲੱਗਦਾ ਕਿ ਸ਼ਹਿਰ ਦੇ ਵਿੱਚ ਗੁੰਡਾਗਰਦੀ ਬਹੁਤ ਜ਼ਿਆਦਾ ਹੋ ਰਹੀ ਹੈਗੀ? ਹੈ, ਘੰਟਾ ਘਰ ਬਿਲਕੁਲ ਨਜ਼ਦੀਕ ਆ, ਪੁਲਿਸ ਚੌਂਕੀ ਨਜ਼ਦੀਕ ਹੈ, ਕੀ ਕਹੋਗੇ ਤੁਸੀਂ? ਨਹੀਂ ਠੀਕ ਹੈ, ਹੈ ਤਾਂ ਹਾਲਾਤ ਮਾੜੇ, ਇਸ ਲਈ ਹਾਲਾਤ ਮਾੜੇ, ਬਹੁਤ ਟਾਈਮ ਬਹੁਤ ਮਾੜਾ, ਗਲਤ ਬੰਦੇ ਜ਼ਿਆਦਾ ਸ਼ਹਿਰ 'ਚ ਹੈਗੇ ਜਿਹੜੇ ਬੰਦੇ ਵਾਰਦਾਤ ਕਰਦੇ ਇੱਦਾਂ ਦੀ। ਕੰਟਰੋਲ ਤੋਂ ਫੋਨ ਆਇਆ ਸੀ, ਜੀਵ ਕੁਮਾਰ ਨਾਂ ਦੇ ਬੰਦੇ ਦਾ ਫੋਨ ਆਇਆ ਸੀਗਾ ਕਿ ਇੱਥੇ ਇੱਕ ਫਾਇਰ ਦੀ ਆਵਾਜ਼ ਆਈ ਆ, ਬੰਦੇ ਕੋਈ ਦੁਕਾਨ 'ਤੇ ਆਏ ਆ, ਅਤੇ ਮੌਕੇ 'ਤੇ SHO ਸਾਹਿਬ ਅਤੇ ਮੈਂ ਮੌਕੇ 'ਤੇ ਆਏ ਹਾਂ, ਸੁਰਿੰਦਰ ਕੁਮਾਰ ਡਾਇਮੰਡ ਮਨੀ ਐਕਸਚੇਂਜ ਵਾਲੇ ਹੈਗੇ ਆ, ਉਹ ਕਹਿੰਦੇ ਕੋਈ ਬੰਦੇ ਆ ਗਏ, ਤਿੰਨ ਬੰਦੇ, ਅਤੇ ਮਤਲਬ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਕੋਈ ਬਾਕੀ ਵੈਰੀਫਾਈ ਕਰ ਰਹੇ ਕੀ ਗੱਲ ਬਾਤ, ਕੁਛ ਲਿਖੇ ਵੀ ਨਹੀਂ, ਕੋਈ ਗੱਲ ਕੋਈ ਨਹੀਂ, ਨਹੀਂ ਕੋਈ ਵੈਪਨ ਨਹੀਂ, ਕੋਈ ਕਿਸੇ ਨੇ ਜੇ ਸਾਰੇ ਕਹਿ ਹੀ ਰਿਹਾ ਕਿ ਉਹ ਆਇਆ ਜਾਈਏ, ਕਿਸੇ ਨੇ ਕੁਛ ਨਹੀਂ ਦੇਖਿਆ ਨਹੀਂ, ਬਾਕੀ ਚੈੱਕ ਕਰਦੇ ਹਾਂ ਆਲੇ ਦੁਆਲੇ, ਫੁਟੇਜ ਵਗੈਰਾ ਚੈੱਕ ਕਰਦੇ ਹਾਂ, ਦੇਖਦੇ ਹਾਂ ਕੀ ਕਰਨਾ। ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ, ਇੱਕ ਘੰਟੇ ਦੇ ਵਿੱਚ ਹੱਲ, ਵਸ਼ੀਕਰਨ ਮਾਹਿਰ, ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ, ਵਿਆਹ ਦੇ ਵਿੱਚ ਦੇਰੀ, ਪਿਆਰ ਵਿਆਹ, ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ, ਤੁਰੰਤ ਮਿਲੋ, ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ, ਹਰ ਸਮੱਸਿਆ ਦਾ ਹੱਲ 101% ਗਾਰੰਟੀ ਦੇ ਨਾਲ ਕਰਾਂਗੇ, ਕਾਲੇ ਇਲਮ ਦਾ ਸਮਾਧਾਨ ਗਾਰੰਟੀ ਦੇ ਨਾਲ ਕਰਾਓ, ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ, ਸੰਪਰਕ ਕਰੋ 97-817-71-820।